ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਬੱਚਿਓ ਸਵਾਗਤ ਹੈ ਚੈਨਲ ਵਿੱਚ ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਆਪਾਂ ਕਰਾਂਗੇ ਜਮਾਤ 11ਵੀਂ ਦਾ ਪਾਠ ਹੈ ਜਿਹੜਾ ਮਿਤਕ ਥਾਵਾਂ ਦਾ ਨਲ ਅਤੇ ਦਮਯੰਤੀ ਪ੍ਰਿਲਾਦ ਭਗਤ ਜਿਹੜਾ ਹੈ ਉਹ ਆਪਾਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਤੇ ਅੱਜ ਆਪਾਂ ਕਰਾਂਗੇ ਨਲ ਅਤੇ ਦਮਯੰਤੀ ਚੈਨਲ ਤੇ ਨਵੇਂ ਦੋਸਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਸ਼ੁਰੂ ਕਰਦੇ ਹਾਂ ਆਪਾਂ ਇਸ ਦਾ ਸਾਰ ਮਹਾਭਾਰਤ ਵਿੱਚ ਜਦੋਂ ਯੁਦਿਸ਼ਠਰ ਜੂਏ ਵਿੱਚ ਸਭ ਕੁਝ ਹਾਰ ਕੇ ਨਿਰਾਸ਼ ਹੋ ਜਾਂਦਾ ਹੈ ਤਾਂ ਬ੍ਰਹਦਸ਼ਵਨਾ ਨਾਂ ਦਾ ਵਿਅਕਤੀ ਉਸ ਨੂੰ ਇਹ ਕਹਾਣੀ ਸੁਣਾ ਕੇ ਠਿਹਰ ਜਿੰਦਾ ਹੈ। ਇੱਕ ਕਹਾਣੀ ਜਿਹੜੀ ਹੈ ਇਸ ਪ੍ਰਕਾਰ ਹੈ। ਨਿਸ਼ਿਤ ਦੇਸ਼ ਦੇ ਰਾਜੇ ਵੀਰਸੈਨ ਦਾ ਪੁੱਤਰ ਨਲ ਤੇਜਮਈ ਗੁਣਵਾਨ ਸੁੰਦਰ ਬਲਵਾਨ ਤੇ ਘੋੜੇ ਦੌੜਾਂ ਵਿੱਚ ਮਾਹਿਰ ਸੀ। ਇਸੇ ਤਰ੍ਹਾਂ ਦੂਜੀ ਪਾਸੇ ਵਿਦਰਵ ਦੇਸ਼ ਦੇ ਰਾਜੇ ਹੀਂ ਦੀ ਰਾਜਕੁਮਾਰੀ ਦਮਯੰਤੀ ਰੂਪਮਤੀ ਬੁੱਧੀਮਾਨ ਅਤੇ ਬੁੱਧੀਮਾਨ ਹੋਣ ਦੇ ਨਾਲ ਹੋਰ ਗੁਣਾਂ ਦੀ ਵੀ ਮਾਲਕ ਸੀ ਨਾਲ ਤੇ ਦਮਯੰਤੀ ਆਪਣੇ ਗੁਣਾਕਾਰਨ ਖੇਤੀ ਹੀ ਪ੍ਰਸਿੱਧ ਹੋ ਗਏ ਉਹਨਾਂ ਨੂੰ ਆਪ ਵੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗਾ ਤੇ ਉਹ ਬਿਨਾਂ ਮਿਲੇ ਹੀ ਹੌਲੀ-ਹੌਲੀ ਇੱਕ ਦੂਜੇ ਨਾਲ ਲਗਾਓ ਮਹਿਸੂਸ ਕਰਨ ਲੱਗ ਗਏ ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਇੱਕ ਸਵੰਬਰ ਰਚਿਆ ਦਰਯੰਤੀ ਨਾਲ ਵਿਆਹ ਦੀ ਇੱਛਾ ਨਾਲ ਦੂਰੋਂ ਦੂਰੋਂ ਰਾਜੇ ਰਾਜਕੁਮਾਰ ਅਤੇ ਰਾਜਿਆਂ ਦਾ ਰੂਪ ਧਾਰ ਕੇ ਦੇਵਤੇ ਵੀ ਪਹੁੰਚੇ ਦਰਯੰਤੀ ਮਾਨਵਿਕ ਨਾਲ ਨੂੰ ਆਪਣੇ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ ਅਚੰਭਾ ਇਹ ਹੋਇਆ ਕਿ ਜਦੋਂ ਸਵਿੰਬਰ ਸਮੇ ਉਹ ਰਾਜੇ ਨਾਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇੱਕ ਨਹੀਂ ਕਈ ਨਾਲ ਰਾਜੇ ਉੱਥੇ ਬੈਠੇ ਦਿਖਾਈ ਦਿੱਤੇ ਪਰ ਉਸਨੇ ਇਕਾਗਰਿਤ ਹੋ ਕੇ ਅਸਲੀ ਨਾਲ ਲੱਭ ਲਿਆ ਕਿਉਂਕਿ ਦੇਵਤਿਆਂ ਦੇ ਸਰੀਰ ਉੱਤੇ ਨਾ ਮੁੜਕੇ ਦਾ ਕੋਈ ਮੁੜਕੇ ਦੀ ਕੋਈ ਬੂਨ ਸੀ ਨਾ ਉਹ ਪਲਕਾਂ ਚਪਕ ਰਹੇ ਸਨ ਨਾ ਉਹਨਾਂ ਦੇ ਪੈਰ ਧਰਤੀ ਨੂੰ ਛੁੰਦੇ ਸਨ ਤੇ ਨਾ ਹੀ ਉਹਨਾਂ ਦਾ ਕੋਈ ਪਰਛਾਵਾਂ ਸੀ ਦਮਯੰਤੀ ਨੇ ਵਰਮਾਲਾ ਨਾਲ ਨਾਲ ਦੇ ਗਲ ਵਿੱਚ ਪਾ ਦਿੱਤੀ ਸਾਰਿਆਂ ਨੇ ਖੁਸ਼ੀ ਪ੍ਰਗਟ ਕੀਤੀ ਤੇ ਦੇਵਤਿਆਂ ਨੇ ਵੀ ਅਸ਼ੀਰਵਾਦ ਦਿੱਤਾ ਨਾਲ ਤੇ ਦਮਯੰਤੀ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਉਹਨਾਂ ਦੇ ਘਰ ਇੱਕ ਲੜਕੇ ਅਤੇ ਲੜਕੀ ਨੇ ਜਨਮ ਲਿਆ ਇਸ ਦੌਰਾਨ ਕਲਯੁਗ ਤੋਂ ਉਹਨਾਂ ਦੀ ਖੁਸ਼ੀ ਬਰਦਾਸ਼ਤ ਨਾ ਹੋਈ ਤੇ ਉਸਨੇ ਰੰਗ ਵਿੱਚ ਭੰਗ ਪਾਉਣ ਲਈ ਨਾਲ ਦੇ ਅੰਦਰ ਨਿਵਾਸ ਕਰਨਤੇ ਉਸਨੂੰ ਰਾਜ ਭਾਗ ਤੋਂ ਵਾਂਝਾ ਕਰਨ ਦੀ ਸੋਚੀ ਕਾਂਜੋਦਮਯੰਤੀ ਉਸਨੂੰ ਪਿਆਰ ਨਾ ਕਰੇ ਸਮਾਪਾ ਕੇ ਰਾਜੇ ਨਾਲ ਦੇ ਸਿਰ ਤੇ ਜੂਆ ਖੇਡਣ ਦਾ ਭੂਤਸਵਾਰ ਹੋ ਗਿਆ ਤੇ ਉਹ ਆਪਣੇ ਛੋਟੇ ਭਰਾ ਪੁਸ਼ਕਰ ਨਾਲ ਜੂਆ ਖੇਡਣ ਲੱਗ ਪਿਆ ਕਲਯੁਗ ਦੇ ਪ੍ਰਭਾਵ ਕਾਰਨ ਨਲ ਜੂਏ ਵਿੱਚ ਹਾਰਦਾ ਤੇ ਪੁਸ਼ਕਰ ਜਿੱਤਦਾ ਚਲਾ ਗਿਆ ਦਮਯੰਤੀ ਨੇ ਨਲ ਨੂੰ ਹੋਰ ਜੂਆ ਖੇਡਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਉਸਦੀ ਇਕਨਾ ਮੰਨੀ ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਲਾ ਕੇ ਆਪਣੇ ਦੋਵੇਂ ਬੱਚੇ ਆਪਣੇ ਪਿਤਾ ਕੋਲ ਤੇਜ ਦਿੱਤੇ ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ ਬਸ ਉਹ ਆਪ ਸੀ ਤੇ ਇੱਕ ਦਮਯੰਤੀ ਸੀ ਦੋਹਾਂ ਕੋਲ ਇੱਕ ਇੱਕ ਬਸਤਰ ਸੀ ਪੁਸ਼ਕਰ ਨੇ ਨਲ ਦਾ ਰਾਜ ਜਿੱਤ ਕੇ ਪਰਜਾ ਨੂੰ ਹੁਕਮ ਦਿੱਤਾ ਕਿ ਨਲ ਅਤੇ ਦਮਯੰਤੀ ਦੀ ਕੋਈ ਇਨਸਾਨ ਸਹਾਇਤਾ ਨਾ ਕਰੇ ਤੇ ਨਾ ਹੀ ਉਹਨਾਂ ਨੂੰ ਅੰਨ ਪਾਣੀ ਦੇਵੇ ਨਲ ਆਪਣਾ ਰਾਜ ਛੱਡ ਕੇ ਜੰਗਲ ਵੱਲ ਜਾਣ ਲੱਗਾ ਤਾਂ ਦਮਯੰਤੀ ਵੀ ਉਸ ਨਾਲ ਤੁਰ ਪਈ ਨਲ ਨੇ ਉਸ ਨੂੰ ਜੰਗਲ ਦੇ ਦੁੱਖ ਦੱਸ ਕੇ ਆਪਣੇ ਪਿਤਾ ਕੋਲ ਜਾਣ ਦੀ ਸਲਾਹ ਦਿੱਤੀ ਪਰ ਦਮਯੰਤੀ ਨੇ ਕਿਹਾ ਕਿ ਉਹ ਉਨ੍ਹਾਂ ਦੋਹਾਂ ਨੇ ਵਿਆਸਮੇ ਸੁਖ-ਦੁਖ ਵਿੱਚ ਇਕੱਠਿਆ ਰਹਿਣ ਦਾ ਪ੍ਰਣ ਕੀਤਾ ਸੀ ਇਸ ਕਰਕੇ ਉਸ ਦੇ ਨਾਲ ਹੀ ਜਾਏਗੀ। ਨਲ ਅਤੇ ਦਮਯੰਤੀ ਕਈ ਦਿਨਾਂ ਦੀ ਭੁੱਖ ਤੇ ਸਫਰ ਦੀ ਥਕਾਵਟ ਕਰਕੇ ਹਾਲੋਂ ਬਿਹਾਲ ਹੋ ਗਏ। ਇੱਕ ਸ਼ਾਮ ਮੋਹਿਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ ਕਿ ਥਕਾਵਟ ਕਾਰਨ ਦਮਯੰਤੀ ਝੂਕ ਸੋ ਗਈ ਪਰ ਰਾਜਾ ਨਲ ਚਿੰਤਾ ਕਾਰਨ ਜਾਗ ਰਿਹਾ ਸੀ। ਉਹ ਸੋਚਣ ਲੱਗਾ ਕਿ ਉਸ ਨਾਲ ਰਹਿਣ ਕਰਕੇ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ-ਕਿਹੜੇ ਦੁੱਖ ਚੱਲਨੇ ਪੈਣਗੇ। ਪਰ ਨਾਲ ਹੀ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤਿਆਂ ਛੱਡ ਗਿਆ ਤਾਂ ਉਸ ਨੂੰ ਬੇਵਫਾ ਸਮਝੇਗੀ। ਕਾਫੀ ਉਧੇੜਬੁੰ ਮਗਰੋਂ ਉਸਨੇ ਦਮਯੰਤੀ ਨੂੰ ਸੁੱਤਿਆਂ ਛੱਡ ਕੇ ਜਾਣਾ ਬਿਹਤਰ ਸਮਝਿਆ। ਸਵੇਰ ਹੋਣ ਤੇ ਜਦੋਂ ਦਮਯੰਤੀ ਦੀ ਆਖ ਖੁੱਲੀ ਤਾਂ ਆਪਣੇ ਕੋਲ ਰਾਜਾ ਨਾਲ ਨੂੰ ਨਾ ਵੇਖ ਕੇ ਉਸਦੇ ਮਨ ਵਿੱਚ ਬਹੁਤ ਦੁੱਖ ਪੁੱਜਾ। ਉਹ ਪਾਗਲਾ ਵਾਂਗ ਉਸ ਨੂੰ ਢੂੰਢਦੀ ਹੋਈ ਤੇ ਰੋਂਦੀ ਹੋਈ ਜੰਗਲਵਲ ਚੱਲ ਪਈ। ਰਸਤੇ ਵਿੱਚ ਖਜਗਰ ਨੇ ਦਮਯੰਤੀ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ ਪਰ ਇੱਕ ਸ਼ਿਕਾਰੀ ਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਪਰ ਨਾਲ ਹੀ ਉਸ ਸ਼ਿਕਾਰੀ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਨਦ ਭਾਵਨਾ ਪੈਦਾ ਹੋ ਗਈ ਆਪਣੀ ਪਤੀ ਰੱਖਿਆ ਦੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਦਿੱਤਾ ਰਾਜੇ ਨਾਲ ਦੀ ਪਾਲ ਵਿੱਚ ਦਮਯੰਤੀ ਵਿਰਕ ਦੀ ਘੁਰਲਾਉਂਦੀ ਜੰਗਲ ਵਿੱਚ ਭਟਕਦੀ ਰਹੀ ਉਹ ਜੰਗਲ ਦੇ ਬਿਰਛਾਂ ਬੁੱਟਿਆਂ ਤੇ ਪर्वਤਾਂ ਤੋਂ ਪੁਕਾਰ ਕਰਕੇ ਰਾਜੇ ਨਾਲ ਬਾਰੇ ਪੁੱਛਦੀ। ਜੰਗਲ ਵਿੱਚ ਮਿਲੇ ਰਿਸ਼ੀਆਂ ਨੇ ਉਸ ਨੂੰ ਧੀਰਜ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਕਾਫਲੇ ਨਾਲ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ। ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ। ਉਸ ਨੇ ਦਮਯੰਤੀ ਨੂੰ ਪਿਆਰ ਨਾਲ ਆਪਣੇ ਕੋਲ ਰੱਖਿਆ। ਕੁਝ ਦਿਨਾਂ ਪਿਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸ ਦੇ ਪਿਤਾ ਕੋਲ ਭੇਜ ਦਿੱਤਾ। ਦਮਯੰਤੀ ਦੇ ਪਿਤਾ ਨੇ ਆਪਣੇ ਰਾਜਦਰਬਾਰ ਦੇ ब्राह्मण राजे ਨਾਲ ਦੀਪਾਲ ਵਿੱਚ ਚਾਰਜ ਫੇਰੇ ਤੋੜ ਦਿੱਤੇ ਉਧਰ ਰਾਜੇ ਨਾਲ ਕਈ ਪ੍ਰਕਾਰ ਦੇ ਕਸ਼ ਚੱਲਦਾ ਹੋਇਆ ਰਾਜੇ ਰਿਤੂਪੁਰਨ ਕੋਲ ਚਲਾ ਗਿਆ ਇੱਥੇ ਉਹ ਪੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ ਹੁਣ ਉਸ ਦਾ ਖੂਬਸੂਰਤ ਅਸਰੀ ਜਿਹੜਾ ਸਰੀਰ ਸੀ ਉਹ ਬੇਪਛਾਣ ਹੋ ਗਿਆ ਸੀ ਇਸ ਦੌਰਾਨ ਰਾਜੇ ਭੀਮ ਦਾ ਇੱਕ ਬ੍ਰਾਹਮਣ ਰਾਜੇ ਰਿਤੂਪੁਰਨ ਕੋਲ ਪੁੰਚ ਪੁੱਜਾ ਰਾਜੇ ਨਾਲ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਉਸਨੇ ਵਾਪਸ ਜਾ ਕੇ ਉਸ ਦਾ ਹੂਲੀਆ ਦਮਯੰਤੀ ਨੂੰ ਵੀ ਦੱਸਿਆ ਦਮਯੰਤੀ ਨੇ ਰਾਜਾ ਨਾਲ ਨੂੰ ਮੁੜ ਮਿਲਣ ਲਈ ਅਤੇ ਉਸ ਦੇ ਨਾਲ ਉਸ ਦੇ ਰਾਜਾ ਨਾਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ ਇਸ ਸਵੰਬਰ ਵਿੱਚ ਪਹੁੰਚਣ ਲਈ ਕੇਵਲ ਇੱਕ ਦਿਨ ਹੀ ਰੱਖਿਆ ਗਿਆ ਸੀ ਤੇ ਨਾਲ ਹੀ ਉਸਨੇ ਸਵੰਬਰ ਦਾ ਸਨੇਹਾ ਕੇਵਲ ਰਾਜਾ ਰਿਤੂਪਰਨ ਨੂੰ ਹੀ ਭੇਜਿਆ ਰਿਤੂਪਰਨ ਸਵੰਬਰ ਵਿੱਚ ਪਹੁੰਚ ਪਹੁੰਚਣ ਲਈ ਕੇਵਲ ਇੱਕ ਕਉ ਦਿਨ ਦੇ ਸਮੇਂ ਬਾਰੇ ਜਾਣ ਕੇ ਹੈਰਾਨ ਹੋਇਆ ਰਾਜੇ ਨਾਲ ਨੇ ਰਤੂਪੁਰਨ ਨੂੰ ਕਿਹਾ ਕਿ ਉਹ ਉਸ ਨੂੰ ਸਵੰਬਰ ਵਿੱਚ ਸਮੇਂ ਸਿਰ ਪਹੁੰਚਾ ਦੇਵੇਗਾ ਅਸਲ ਵਿੱਚ ਦਮਯੰਤੀ ਨੇ ਇਹ ਸਵੰਬਰ ਰਾਜਾ ਨਾਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ ਉਸ ਨੂੰ ਪਤਾ ਸੀ ਕਿ ਰਾਜਾ ਨਾਲ ਹੀ ਇੰਨੇ ਥੋੜੇ ਸਮੇਂ ਵਿੱਚ ਘੋੜਿਆਂ ਨੂੰ ਇੰਨੀ ਦੂਰ ਭਜਾ ਕੇ ਲਿਆ ਸਕਦਾ ਹੈ ਜਦੋਂ ਰਤੂਪੁਰਨ ਨੇ ਨਾਲ ਨੂੰ ਬਹੁਤੀ ਤੇਜ਼ੀ ਨਾਲ घोड़ा दौड़ांदेਆ ਵੇਖਿਆ ਤਾਂ ਉਸਨੇ ਨਾਲ ਨੂੰ ਕਿਹਾ ਕਿ ਉਹ ਘੋੜੇ ਦੌੜਾਂ ਦੀ ਕਲਾ ਉਸ ਨੂੰ ਸਿਖਾਵੇ ਤੇ ਬਦਲੇ ਵਿੱਚ ਉਹ ਉਸ ਨੂੰ ਜੂਆ ਖੇਡਣ ਦੀ ਕਲਾ ਸਿਖਾਏਗਾ ਉਸਨੇ ਰਾਜਾ ਨਾਲ ਨੂੰ ਜੂਏ ਦੇ ਗੁਰ ਦੱਸੇ ਤੇ ਨਾਲ ਨੇ ਉਸ ਨੂੰ ਘੋੜੇ ਦੌੜਾਂ ਦਾ ਪੇਹ ਦੱਸਿਆ ਆਂਤ ਰਿਤੂਪੁਰ ਨਤੇ ਘੋੜੇ ਦੇ ਵਾਹਕ ਦੇ ਰੂਪ ਵਿੱਚ ਰਾਜਾ ਨਾਲ ਸਮੇਂ ਸਿਰ ਰਾਜੇ ਭੀਮ ਦੀ ਨਗਰੀ ਪੁੱਜੇ ਉੱਥੇ ਰਾਜੇ ਨਾਲ ਨੂੰ ਕੋਈ ਪਛਾਣ ਨਾ ਸਕਿਆ ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਾਲ ਨਾਲ ਸੰਪਰਕ ਕੀਤਾ ਉਦਮਯੰਤੀ ਦੇ ਸੁੰਭਰ ਰਚੰਦੇ ਤੇ ਬੜਾ ਦੁਖੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸ ਦੇ ਸਾਰੇ ਸ਼ੰਕੇ ਦੂਰ ਹੋ ਗਏ ਰਾਜਨਾਲ ਦੇ ਦਮਯੰਤੀ ਅਤੇ ਬੱਚਿਆਂ ਨੂੰ ਮਿਲ ਪੈਣ ਤੇ ਸਾਰੇ ਬੜੇ ਖੁਸ਼ ਹੋਏ ਕੁਝ ਸਮੇਂ ਪਿਛੋਂ ਰਾਜਨਾਲ ਨੇ ਆਪਣੇ ਭਰਾ ਪੁਸ਼ਕਰ ਕੋਲ ਜਾ ਕੇ ਉਸ ਨੂੰ ਮੁਰਜੂਆ ਖੇਡਣ ਲਈ ਵੰਗਾ ਰਿਆ ਜੂਏ ਦੀ ਨਵੀਂ ਸਿੱਖੀ ਕਲਾ ਨਾਲ ਉਸ ਨੇ ਨਾ ਕੇਵਲ पुष्कर ਤੋਂ ਆਪਣਾ ਸਾਰਾ ਰਾਜ ਜਿਹੜਾ ਸੀ ਉਹ ਮੁੜ ਜਿੱਤ ਲਿਆ ਸਗੋਂ ਪੁਸ਼ਕਰ ਦਾ ਸਾਰਾ ਰਾਜ ਵੀ ਜਿੱਤ ਲਿਆ ਤੇ ਪਰ ਉਸਨੇ ਪੁਸ਼ਕਰ ਦਾ ਜਿਹੜਾ ਰਾਜ ਉਸ ਨੂੰ ਵਾਪਸ ਕਰ ਦਿੱਤਾ ਇਸ ਪਿੱਛੇ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗ ਗਏ ਤੇ ਦਮਯੰਤੀ ਅਤੇ ਨਾਲ ਦਾ ਜਿਹੜਾ ਪਿਆਰ ਸੀ ਬਹੁਤ ਜ਼ਿਆਦਾ ਵੱਧ ਗਿਆ ਤੇ ਇਸ ਤਰ੍ਹਾਂ ਬੱਚੇ ਹੋਏ ਸੀ ਆਪਣਾ ਸਾਰ ਨਾਲ ਅਤੇ ਦਮਯੰਤੀ ਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ